ਵੀ ਜਿਹੜਾ ਕਰੋਨਾ ਵਾਇਰਸ ਦੀ ਬਿਮਾਰੀ ਬਹੁਤ ਚੱਲੀ ਹੋਈ ਆ, ਤੁਹਾਨੂੰ ਪਤਾ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਹੋਰ ਸਟੇਟਾਂ ਦੇ ਮੁੱਖ ਮੰਤਰੀ ਅਪੀਲ ਕਰ ਰਹੇ ਨੇ, ਬਾਕੀ ਇਟਲੀ 'ਚ ਤੁਸੀਂ ਵੇਖ ਹੀ ਲੈਣ ਕਿੰਨੀਆਂ ਡੈਡ ਬੋਡੀਆਂ। ਲੇਕਿਨ ਮੈਂ ਏਐੱਸਆਈ ਪਵਨ ਕੁਮਾਰ ਬੇਨਤੀ ਕਰ ਰਿਹਾ ਭੈਣਾਂ ਨੂੰ ਵੀ ਇਹ ਜਿਹੜੇ ਬੰਦੇ ਵਿਹਲੇ ਨੇ ਕਹਿੰਦੇ ਵੀ ਸਾਡੇ ਕੋਲ ਰਾਮ ਨਹੀਂ ਪਚਦਾ, 21 ਦਿਨ ਰਾਮ ਨਹੀਂ ਪਚਦਾ, ਕਹਿੰਦੇ ਅਸੀਂ ਵਿਹਲੇ ਨਹੀਂ ਰਹਿ ਸਕਦੇ। ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ, ਕੰਮ ਲਾਓ ਇਹਨਾਂ ਨੂੰ, ਘਰ ਦੀਆਂ ਸਫਾਈਆਂ ਕਰਾਓ, ਛੱਤਾਂ ਸਾਫ਼ ਕਰਾਓ। पंखा कितना गंदा है, ठीक तरह से साफ करती नहीं छत्ता है। ਰਿਲਿੰਗ ਸਾਫ ਕਰੋ, ਭਾਂਡੇ ਧੋ, ਕੱਪੜੇ ਧੋ ਉਹਨਾਂ ਤੋਂ। ਇਹ ਦੇਖੇ ਬੀਬੀਆ ਤੇ ਸ਼ਹਿਰ ਸੇ ਕੰਮ ਕਰਦੀ ਹੈ, ਕਬ ਆਪਕੇ ਸ਼ਹਿਰ ਫ੍ਰੀ ਹੋਏ ਉਨਸੇ ਵੀ ਕੰਮ ਕਰਾਇਆ ਕਰੇ, ਐਸੇ ਕੱਪੜੇ ਯੇ ਨਹੀਂ ਉਹਨੇ ਦਾਂਤ ਸੇ ਬਿਠਾਇਆ ਕਰੇ, ਕੰਮ ਵੀ ਕਰਾਇਆ ਕਰੇ, वो वेले बैठते रहते हैं। घर की सफाई होगी, नाले कोरोना वायरस की सफाई होगी, नाले इन्हों की भी सफाई होगी। ਨਾਲੇ ਰੋਟੀ ਪਕਾਉਣੀ ਸਿੱਖ ਜਾਣਗੇ 21 ਦਿਨ। ਕੱਲ ਮੇਰੀ ਭੈਣਾਂ ਨੂੰ ਕਿਸੇ ਪਾਸੇ ਜਾਣਾ ਪਏ, ਫਿਕਰ ਨਹੀਂ ਹੋਏਗਾ ਮੇਰੀ ਭੈਣਾਂ ਨੂੰ ਵੀ ਪਿੱਛੋਂ ਰੋਟੀ ਪਕਾ ਲੈਣਗੇ, ਕਿਉਂਕਿ 21 ਦਿਨ ਦਾ ਤਜਰਬਾ ਇਹਨਾਂ ਨੂੰ ਹੋ ਜਾਏਗਾ। ਮੇਰੇ ਭੈਣਾਂ ਸਾਹਿਬ ਤੇ ਇਹਨਾਂ ਨੂੰ ਕੰਮ ਲਾ, ਅੰਦਰ ਤੁਸੀਂ ਦੱਸੋ, ਬਾਹਰ ਆਏ ਆਣਗੇ ਤਾਂ ਅਸੀਂ ਦੱਸਾਂਗੇ, ਲੋ ਕੰਮ ਇਹਨਾਂ ਨੂੰ ਲੋ, ਵੇਖੋ ਇਹਨਾਂ ਦੀਆਂ ਟੂਈਆਂ ਸਿੱਧੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ, ਕਰਾਓ ਕੰਮ ਇਹਨਾਂ ਤੋਂ ਪੈਣਾ।